ਦੋਸਤੋ ਸਤਿ ਸ਼੍ਰੀ ਅਕਾਲ ਨਮਸਕਾਰ ਖੁਦਾ ਹਾਫਿਜ਼ 2 ਜਨਵਰੀ 2021 ਤੁਹਾਡੇ ਲਈ ਲੈ ਕੇ ਆਇਆ ਅਪਡੇਟ EIIDL ਤੇ PPP ਪ੍ਰੋਗਰਾਮ ਦੇ ਉੱਪਰ ਕਿਤੇ ਤਰੀਕ ਨੂੰ PPP ਦੀ ਜੜੀ SBA ਦੀ ਵੈਬਸਾਈਟ ਆ ਉਹਦੇ ਉੱਤੇ ਇੱਕ ਉਹਨਾਂ ਨੇ ਅਪਡੇਟਡ ਐਪਲੀਕੇਸ਼ਨ ਪਾਈ ਆ ਔਰ ਉਹਦੇ ਬਾਰੇ ਅਜੇ ਪੂਰੀ ਕਲੈਰਿਟੀ ਨਹੀਂ ਹੋਈ ਹੈਗੀ ਕਿ ਉਹ ਐਪਲੀਕੇਸ਼ਨ ਜਿਹੜੀ ਆ ਉਹ ਉਹਦੇ ਉਹੀ ਐਪਲੀਕੇਸ਼ਨ ਦੇ ਲਈ ਫਾਈਲ ਕਰਨ ਦੇ ਲਈ ਵਰਤੀ ਜਾਏਗੀ ਕਿ ਜਾਂ ਨਵੀਂ ਆਏਗੀ ਪਰ ਜ਼ਿਆਦਾ ਜਾਣਕਾਰੀ ਜੇ ਹੋਰ ਨਾ ਵੈਬਸਾਈਟਾਂ ਦੇ ਜਾਂ ਐਸਪੀਏ ਦੀ ਮੇਨ ਵੈਬਸਾਈਟ ਨੂੰ ਤੁਸੀਂ ਖੰਗਾ ਲੋ ਜਾ ਕੇ ਤੇ ਉਹਦੇ ਵਿੱਚ ਪਤਾ ਲੱਗਦਾ ਕਿ 6 ਜਨਵਰੀ ਤੱਕ ਨਵੀਆਂ ਗਾਈਡਲਾਈਨ ਜਿਹੜੀਆਂ ਉਹ ਜਾਰੀ ਹੋਣਗੀਆਂ ਪੀਪੀਪੀ ਪ੍ਰੋਗਰਾਮ ਵਾਸਤੇ ਤੇ ਮੰਨ ਕੇ ਚੱਲ ਰਹੇ ਹਾਂ ਕਿ ਈਆਈਡੀਐਲ ਪ੍ਰੋਗਰਾਮ ਬਾਰੇ ਵੀ ਇਕੱਠੇ ਤੌਰ ਦੇ ਉੱਤੇ ਜਾਣਕਾਰੀਆਂ ਜਿਹੜੀਆਂ ਹੋਰ ਐਸਪੀਏ ਵੱਲੋਂ ਸਾਂਝੀਆਂ ਕੀਤੀਆਂ ਜਾਣਗੀਆਂ ਪਰ ਉਹ ਉਨਾਂ ਚਿਰ ਤੱਕ ਅਸੀਂ ਵੇਟ ਕਰਦੇ ਹਾਂ ਤੇ ਕੁਝ ਹੋਰ ਵੀ ਅਪਡੇਟ ਹੈਗੇ ਆ ਤੇ ਜਿੰਨਾ ਬਾਰੇ ਅਸੀਂ ਹੁਣ ਅੱਜ ਦੀ ਵੀਡੀਓ 'ਚ ਗੱਲਬਾਤ ਕਰਾਂਗੇ ਜੇ ਤਾਂ ਦਾ ਕੋਈ ਕੁਐਸਚਨ ਆ ਜਿੱਦਾਂ ਕਾਫੀ ਵੀਰਾਂ ਭਰਾਵਾਂ ਨੇ ਮੈਨੂੰ ਕਮੈਂਟ ਸੈਕਸ਼ਨ 'ਚ ਵੀ ਕੁਐਸਚਨ ਕੀਤੇ ਆ ਜਾਂ ਈਮੇਲ ਮੰਗਰੇ ਸੀ ਕੰਟੈਕਟ ਮੰਗਰੇ ਉਹਦਾ ਸਭ ਤੋਂ ਬੈਸਟ ਤਰੀਕਾ ਹੈਗਾ ਕਿ ਤੁਸੀਂ immigrantmind.org ਲਿੰਕ ਦਿੱਤਾ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਉਹਦੇ ਵਿੱਚ ਜਾ ਕੇ ਆਪਣਾ ਕੰਟੈਕਟ ਅਸਤੇ ਫਾਰਮ ਆਪਣਾ ਭਰ ਦਿਓ ਤੇ ਆਪਣਾ ਜਿਹੜਾ ਤੁਹਾਡਾ ਕੁਐਸਚਨ ਆ ਉਹ ਮੈਨੂੰ ਪੁੱਛ ਲਓ ਸਿੱਧਾ ਫਿਰ ਮੇਰੀ ਈਮੇਲ ਦੇ ਵਿੱਚ ਆ ਜਾਂਦਾ ਉੱਥੋਂ ਤੇ ਉਹ ਜ਼ਿਆਦਾ ਬੈਟਰ ਹੈ ਕਿ ਫਿਰ ਮੈਨੂੰ ਥੋੜੀ ਜੀ ਇਨਫੋਰਮੇਸ਼ਨ ਵੀ ਆ ਜਾਂਦੀ ਹੈ ਤੇ ਕਈ ਵਾਰੀ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਗੁਰੇਜ਼ ਕਰਿਆ ਕਰੋ ਕਿ ਕੋਈ ਆਪਣੀ ਪਰਸਨਲ ਇਨਫੋਰਮੇਸ਼ਨ ਸਾਂਝੀ ਕਰੋ ਜਾਂ ਕੁਝ ਵੀ ਹੈ ਤਾਂ ਉਹ ਸਿੱਧੀ ਇਨਫੋਰਮੇਸ਼ਨ ਆ ਜਾਏਗੀ ਉਹਦੇ ਨਾਲ ਇਹ ਕੋਈ ਇਨਫੋਰਮੇਸ਼ਨ ਸੇਫ ਆ ਤੇ ਫਿਰ ਮੇਰਾ ਜਿਹੜਾ ਕੋਈ ਵੀ ਹੋਰ ਜਾਣਕਾਰੀ ਚਾਹੀਦੀ ਹੋਗੀ ਮੈਂ ਤਾਂ ਡਾਇਰੈਕਟਲੀ ਤੁਹਾਡੇ ਕੋਲੋਂ ਮੰਗ ਸਕਦਾ ਕੋਸ਼ਿਸ਼ ਕਰੋ ਕਦੀ ਵੀ ਕਿਸੇ ਨੂੰ ਵੀ ਆਪਣੀ ਜਿਹੜੀ ਪਰਸਨਲ ਇਨਫੋਰਮੇਸ਼ਨ ਆ ਖਾਸ ਕਰਕੇ ਜਿਹੜੀ ਟੈਕਸ ਨਾਲ ਰਿਲੇਟਡ ਆ سوشل ਸਿਕਿਉਰਿਟੀ ਆ ਤੁਹਾਡਾ ਪ੍ਰੋਪਰ ਐਡਰੈਸ ਸੋਸ ਸਿਕਿਉਰਿਟੀ ਇਹ ਚੀਜ਼ਾਂ ਜਿਹੜੀਆਂ ਨਾ ਸਾਂਝੀਆਂ ਕੀਤੀਆਂ ਜਾਣ ਜਿੰਨਾ ਚਿਰ ਤੁਸੀਂ ਕਿਸੇ ਨੂੰ ਪੂਰੇ ਤੌਰ ਤੇ ਵਿਸ਼ਵਾਸ ਨਹੀਂ ਕਰਦੇ ਤੇ ਸਹੀ ਤਰੀਕੇ ਨਾਲ ਚੈਨਲ ਦੇ ਨਾਲ ਜੀ ਈਮੇਲ ਵੀ ਅੱਜਕਲ ਸਿਕਿਉਰ ਆ ਆ uh, WhatsApp ਹੋ ਗਿਆ ਇਹੋ ਜਿਹੇ ਤਰੀਕੇ ਦੇ ਨਾਲ ਸਾਂਝੇ ਕੀਤੇ ਜਾਣ ਕਿਸੇ ਪਬਲਿਕ ਪੋਰਟਲ ਦੇ ਉੱਤੇ ਨਾ ਪਾਈਆਂ ਜਾਣ ਇਹ ID ਅਤੇ PPP ਤੇ ਗੱਲ ਕਰਨ ਤੋਂ ਪਹਿਲਾਂ ਕੁਇਕਲੀ ਅਪਡੇਟ ਦਿੰਨੇ ਆ 600 ਡਾਲਰ ਜਿਹੜਾ ਸਟਿਮੂਲਸ ਚੈੱਕ ਹੋਣਾ ਸੀਗਾ ਜੇ ਤੁਹਾਨੂੰ ਅਜੇ ਤੱਕ ਵੀ ਸਟਿਮੂਲਸ ਚੈੱਕ ਤੁਹਾਡੇ ਖਾਤੇ 'ਚ ਨਹੀਂ ਪਹੁੰਚਿਆ ਅਗਲੇ ਹਫਤੇ ਤੱਕ ਬੁੱਧ ਜਾਂ ਵੀਰਵਾਰ ਤੱਕ ਤੁਹਾਡੇ ਤੱਕ ਖਾਤੇ 'ਚ ਪਹੁੰਚ ਜਾਣਾ ਚਾਹੀਦਾ ਜੇ ਨਹੀਂ ਪਹੁੰਚਦਾ ਡਾਇਰੈਕਟਰ ਪੋਜੀਟ ਇਹਦਾ ਮਤਲਬ ਹੈ ਤੁਹਾਨੂੰ ਫਿਰ ਚੱਕ ਜੜਾ ਵਾ ਉਹ ਮੇਲ ਹੋ ਜਾਏਗਾ ਤੇ ਜਿੱਦਾਂ ਮੈਂ ਪੂਰੀ ਜਾਣਕਾਰੀ ਦਿੱਤੀ ਹੋਈ ਹੈ ਵੱਖਰੀ ਵੀਡੀਓ ਦੇ ਵਿੱਚ ਜਿਹੜੀ ਸਟੀਮੂਲਸ ਚੈੱਕ ਵਾਲੀ ਉਹਦਾ ਵੀ ਮੈਂ ਲਿੰਕ ਪਾ ਦੇਣਾ ਥੱਲੇ ਉਹ ਦੇਖ ਲਓ ਕਿ ਕਿਹੜੇ ਕਿਹੜੇ ਕੰਮ ਸਾਨੂੰ ਕਰਨ ਦੀ ਲੋੜ ਆ ਜੇ ਅਸੀਂ ਆਪਣਾ ਮਨੀ ਫਾਸਟਰ ਚਾਹੁੰਨੇ ਆ ਤੇ ਛੋਟੀਆਂ-ਮੋਟੀਆਂ ਚੀਜ਼ਾਂ ਜਿਦੋਂ ਹੀ ਐਡਰੈਸ ਵਗੈਰਾ ਚੇਂਜ ਕੀਤਾ ਵਾ ਕੁਝ ਮੂਵ ਹੋਏ ਆ ਤੇ ਆਪਣਾ ਮੇਕ ਸ਼ੁਰ ਕਰ ਲਿਓ ਕਿ ਆਪਣਾ ਜਿਹੜਾ ਐਡਰੈਸ ਅਪਡੇਟ ਹੈਗਾ ਤੁਹਾਡਾ ਜਿਹੜਾ ਪੋਸਟ ਆਫਿਸ ਦੇ ਵਿੱਚ SBA ਵੱਲੋਂ ਅਜੇ ਪੂਰੀ ਕਲੈਰਿਟੀ ਕੀਤੀ ਨਹੀਂ ਗਈ ਹੈਗੀ ਇਹ ਆਈਡੀਆਲ ਦੇ ਉੱਪਰ ਵੀ ਪਰ ਜੇ ਹੁਣ ਰੀਸੈਂਟ ਅਪਡੇਟ ਜਿਹੜੇ ਆ ਰਹੇ ਪਹਿਲਾਂ ਇਹ ਕਹਿ ਰਹੇ ਸੀਗੇ ਕਿ ਕੋਈ ਵੀ ਸ਼ਾਇਦ ਤੁਹਾਨੂੰ ਕਰਨ ਦੀ ਲੋਡ ਨਹੀਂ ਜੇ ਤੁਸੀਂ ਪਹਿਲਾਂ ਐਪਲੀਕੇਸ਼ਨ ਭਰੀ ਸੀਗੀ ਲੋਨ ਐਕਸੈਪਟ ਕੀਤਾ ਜਾਂ ਨਹੀਂ ਕੀਤਾ ਤੇ ਤੁਹਾਨੂੰ SBA ਵੱਲੋਂ ਕੰਟੈਕਟ ਕੀਤਾ ਜਾਏਗਾ ਤੇ ਉਸ ਤੋਂ ਬਾਅਦ ਅੱਗੇ ਹੋ ਸਕਦਾ ਇਦਾਂ ਹੀ ਹੋਏ ਪਰ 6 ਤਰੀਕ ਤੱਕ ਸਾਨੂੰ ਵੇਟ ਕਰ ਲੈਣੀ ਚਾਹੀਦੀ ਹੈ ਤੇ ਕਾਲੀ ਨਹੀਂ ਕਰਨੀ ਚਾਹੀਦੀ ਕੋਈ ਵੀ ਅਸੀਂ ਦੁਬਾਰਾ ਫਾਈਲ ਕਰਨ ਦੀ ਜਾਂ ਕੁਝ ਵੀ ਤੇ ਉਦੋਂ ਬਾਅਦ ਸਾਨੂੰ ਜ਼ਿਆਦਾ ਭਾਵੇਂ ਅਸੀਂ ਹਜੇ ਐਸਬੀਏ ਵੱਲੋਂ ਹੋਰ ਗਾਈਡਲਾਈਨ ਦੀ ਵੇਟ ਕਰ ਰਹੇ ਹਾਂ ਪਰ ਕੁਝ ਗੱਲਾਂ ਜਿਹੜੀਆਂ ਉਹ ਕਾਫੀ ਸ਼ੋਰ ਨੇ ਕਿ ਜੇ ਤੁਸੀਂ ਪਿਛਲੇ ਸਾਲ ਆਪਣੀ ਟੈਕਸ ਫਾਈਲ ਕੀਤੀ ਸੀਗੀ ਤੁਹਾਡੀ ਕੋਈ ਵੀ ਸਕੇਜੂਲ ਸੀ ਦੀ ਇਨਕਮ ਆ ਤੇ ਭਾਵੇਂ ਤੁਸੀਂ 1099 ਲੈਂਦੇ ਸੀਗੇ ਪਿਛਲੇ ਸਾਲ ਤੱਕ ਭਾਵੇਂ ਆਜੇ ਸੋਲ ਪ੍ਰੋਪਰਾਈਟਰਸ਼ਿਪ ਆ ਐਲਐਲਸੀ ਆ ਕਾਰਪੋਰੇਸ਼ਨ ਆ ਇਹ ਜੇ ਤੁਸੀਂ ਇਨਕੋਰਪੋਰੇਟਡ ਕੀਤੀ ਆ ਕੁਝ ਵੀ ਦੇ 31 ਜਨਵਰੀ 2020 ਤੋਂ ਪਹਿਲਾਂ ਤੋਂ ਹੋਣੀ ਚਾਹੀਦੀ ਹੈ ਫਿਰ ਤੁਸੀਂ ਈਆਈਡੀਐਲ ਤੇ ਪੀਪੀਪੀ ਲੋਨ ਵਾਸਤੇ ਕੁਆਲੀਫਾਈ ਕਰਦੇ ਆ ਤੇ ਇਹਦੇ ਵਿੱਚ ਭਾਵੇਂ ਤੁਸੀਂ ਟਰੱਕ ਡਰਾਈਵਰ ਹੈਗੇ ਆ ਉਬਰ ਲਿਫਟ ਦਾ ਕੰਮ ਕਰਦੇ ਆ ਡੋਅ ਡੈਸ਼ ਕਰਦੇ ਆ ਰੀਅਲਟਰ ਦਾ ਹੈਗਾ ਤੁਹਾਡਾ ਤੇ ਤੁਸੀਂ ਭਾਵੇਂ ਸਿੰਗਲ এমਪਲੋਈ ਆ ਤੇ ਜੇ ਤੁਹਾਡਾ ਆਪਣਾ ਰਨ ਕਰਦੇ ਆ ਕੋਈ ਵੀ ਛੋਟਾ ਮੋਟਾ ਬਿਜ਼ਨਸ ਰਨ ਕਰਦੇ ਆ ਆਪਣਾ ਸਾਈਡ ਤੇ ਕੰਮ ਕਰਦੇ ਆ ਤੇ ਤੁਸੀਂ ਇਹਨਾਂ ਵਾਸਤੇ ਕੁਆਲੀਫਾਈ ਕਰ ਜੰਨੇ ਆ ਮੇਰੇ ਹਿਸਾਬ ਨਾਲ ਪੀਪੀਪੀ ਤੇ ਈ ਆਈਡੀ ਵਾਲ ਗ੍ਰਾਂਟ ਗ੍ਰਾਂਟ ਤੇ ਲੋਨ ਦੋਨਾਂ ਦਾ ਫਾਇਦਾ ਲੈਣਾ ਚਾਹੀਦਾ ਕਿਉਂਕਿ ਇਹ ਆਈ ਆਈ ਡੀ ਐਲ ਜੇ ਤੁਸੀਂ 1.5 ਲੱਖ ਡਾਲਰ ਤੋਂ ਘੱਟ ਦਾ ਤੁਹਾਡਾ ਲੋਨ ਹੈਗਾ ਪੀ 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 ਦਾ ਤੇ ਉਹਦੇ ਲਈ ਬਹੁਤ ਹੀ ਸਿੰਪਲ ਐਪਲੀਕੇਸ਼ਨ ਆ ਫਰਨ ਦੀ ਲੋੜ ਆ ਤੇ ਇਹ ਸਾਰਾ ਪੈਸਾ ਜਿਹੜਾ ਵਾ ਇਹ ਟੈਕਸੇਬਲ ਨਹੀਂ ਹੈਗਾ ਇਸ ਕਰਕੇ ਇਸ ਚੀਜ਼ ਦਾ ਕਾਫੀ ਫਾਇਦਾ ਲੈਣਾ ਚਾਹੀਦਾ ਜਿਨ੍ਹਾਂ ਨੇ ਵੀ ਬਿਜ਼ਨਸ ਕਰਦੇ ਆ ਤੁਸੀਂ ਆਪਣੇ ਸੀ ਪੀਏ ਨਾਲ ਸੰਪਰਕ ਕਰੋ ਜਿਹਦੇ ਨਾਲ ਵੀ ਤੁਸੀਂ ਪਹਿਲਾਂ ਪਿਛਲੇ ਸਾਲ ਟੈਕਸ ਫਾਈਲ ਕਰਵਾ ਰਹੇ ਆ ਜਿਹਦੇ ਨਾਲ ਵੀ ਤੁਸੀਂ EIIDL ਦੀ ਐਪਲੀਕੇਸ਼ਨ ਭਰੀ ਆ ਤੁਸੀਂ ਉਹਨਾਂ ਨਾਲ ਸੰਪਰਕ ਕਰਕੇ ਤੇ PPP लोन ਦੀ ਐਪਲੀਕੇਸ਼ਨ ਬਾਰੇ ਹੋਰ ਜਾਣਕਾਰੀ ਲੈ ਸਕਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਜਦੋਂ ਐਪਲੀਕੇਸ਼ਨ ਖੁੱਲ ਜਾਂਦੀ ਹੈ ਐਪਲੀਕੇਸ਼ਨ ਕਿੱਦਾਂ ਫਾਈਲ ਕਰਨੀ ਆ ਕਿਹੜੀ-ਕਿਹੜੀ ਚੀਜ਼ਾਂ ਦਾ ਧਿਆਨ ਰੱਖਣ ਦੀ ਲੋੜ ਉਹਦੇ ਉਹਦੇ ਬਾਰੇ ਵੀ ਮੈਂ ਜਾਣਕਾਰੀ ਸਾਂਝੀ ਕਰੂੰਗਾ ਮੈਂ ਖੁਦ ਆਪ ਅਪਲਾਈ ਕਰਨਾ ਇਹ ਕਰਕੇ ਮੇਰੀ ਕੋਸ਼ਿਸ਼ ਹੋਗੀ ਮੈਂ ਸਕਰੀਨ ਰਿਕਾਰਡ ਕਰਕੇ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਵੱਧ ਤੋਂ ਵੱਧ ਜਾਣਕਾਰੀ ਕੁਝ ਚੈਨਲ ਜਿਹੜੇ ਆ ਉਹ ਉਹ ਕਹਿ ਰਹੇ ਹੈ ਕਿ ਜਾਂ ਤੁਸੀਂ ਹੋਰ ਨਾਲ ਕੋਈ ਸੁਣਿਆ ਹੋਊਗਾ ਜਿੱਦਾਂ ਅਫਵਾਹਾਂ ਵੀ ਬਹੁਤ ਜ਼ਿਆਦਾ ਆ ਰਹੀਆਂ ਕਿ ਐਦਾਂ ਹੋ ਜਾਣਾ ਜਾਂ ਐਦਾਂ ਹੋ ਜਾਣਾ ਘਰੇ ਬੈਠਿਆਂ ਨੂੰ ਵੀ ਮਿਲ ਜਾਣਾ ਅਜੇ ਇਹਦੇ ਤੇ ਕੋਈ ਕਲੈਰਿਟੀ ਨਹੀਂ ਹੈਗੀ ਤੇ ਜਦੋਂ ਵੀ ਕੋਈ ਅਪਡੇਟ ਆਉਂਦਾ ਮੈਂ ਤੁਹਾਡੇ ਨਾਲ ਬਿਲਕੁਲ ਸਹੀ ਤੇ ਜਾਂਚੀ ਪਰਖੀ ਹੋਈ ਜਾਣਕਾਰੀ ਹੀ ਸਾਂਝੀ ਕਰੂੰਗਾ ਇਸੇ ਕਰਕੇ ਤੁਸੀਂ ਜੇ ਇਹ ਚੈਨਲ ਨੂੰ ਸਬਸਕ੍ਰਾਈਬ ਕਰਦੇ ਆਂ ਹੋਰਾਂ ਨਾਲ ਸ਼ੇਅਰ ਕਰਦੇ ਆਂ ਤੇ ਮੇਰੀ ਕੋਸ਼ਿਸ਼ ਹੋਏਗੀ ਕਿ ਸਾਰੀ ਜਾਣਕਾਰੀ ਜਿਹੜੀ ਆ 30 ਤੱਕ ਜਿਹੜੀ ਪਹੁੰਚਾਉਣੀ ਆ ਉਹ ਜਾਂਚੀ ਪਰਖੀ ਤੇ ਸਹੀ ਜਾਣਕਾਰੀ ਪਹੁੰਚਾਵਾਂ ਐਵੇਂ ਨਹੀਂ ਕਿ ਇਧਰੋਂ ਸੁਣੀ ਜਾਂ ਉਧਰੋਂ ਸੁਣੀ ਮੈਂ ਖੁਦ ਆਪ ਐਸਬੀਏ ਦੇ ਨਾਲ ਜਿਹੜੇ ਅਲਰਟ ਸੈੱਟ ਕੀਤੇ ਹੋਏ ਆ ਉਹ ਤੋਂ ਡਾਇਰੈਕਟ ਜਿਹੜੀ ਸਿੱਧੀ ਜਾਣਕਾਰੀ ਹੁੰਦੀ ਆ ਉਹਨੂੰ ਚੰਗੀ ਤਰ੍ਹਾਂ ਪੜ੍ਹ ਕੇ ਸਮਝ ਕੇ ਉਹੀ ਤੁਹਾਡੇ ਨਾਲ ਸ਼ੇਅਰ ਕਰਦਾ ਜੇ ਤੁਸੀਂ ਪਿਛਲੇ ਸਾਲ ਟੈਕਸ ਫਾਈਲ ਨਹੀਂ ਕੀਤਾ ਜਾਂ ਤੁਸੀਂ ਇਸੇ ਸਾਲ ਆਪਣਾ ਜਿਹੜਾ ਕਾਰੋਬਾਰ ਆ ਜਾਂ ਸਾਈਡ ਬਿਜ਼ਨਸ ਕੋਈ ਵੀ ਸ਼ੁਰੂ ਕੀਤਾ ਤੁਸੀਂ ਇਹਨਾਂ ਵਾਸਤੇ ਕੁਆਲੀਫਾਈ ਨਹੀਂ ਕਰਦੇ ਇਸ ਕਰਕੇ ਕਿਉਂਕਿ 30% ਇਨਕਮ ਲਾਸ ਦੀ ਜਿਹੜੀ ਪ੍ਰੋਵੀਜ਼ਨ ਆ ਉਹਨੂੰ ਜਸਟੀਫਾਈ ਕਰਨਾ ਬਹੁਤ ਔਖਾ ਹੋ ਜਾਣਾ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਹੋਰ ਵੀਡੀਓ ਦਾ ਲਿੰਕ ਪਾਉਣਾ ਮੈਂ ਪਹਿਲਾਂ ਪਾ ਚੁੱਕਿਆ ਹਾਂ ਵੀਡੀਓ ਕਿ ਤੁਸੀਂ ਈ ਆਈ ਡੀ ਐਲ ਦੀ ਆਪਣੀ ਲੋ ਇਨਕਮ ਵਾਲੀ ਕੁਆਲੀਫਿਕੇਸ਼ਨ ਕਿੱਦਾਂ ਚੈੱਕ ਕਰਨੀ ਹੈ ਉਸ ਲਿੰਕ ਤੇ ਜਾ ਕੇ ਤੇ ਆਪਣਾ ਐਡਰੈਸ ਜਿੱਥੇ ਵੀ ਤੁਸੀਂ ਜੇ ਸੋਲ ਪ੍ਰੋਪਰਾਈਟਰਸ਼ਿਪ ਆ ਜਾਂ ਜਿਹੜਾ ਵੀ ਤੁਹਾਡਾ ਬਿਜ਼ਨਸ ਦਾ ਐਡਰੈਸ ਆ ਉਹ ਪਾ ਕੇ ਤੇ ਸੈਂਸਸ ਡਾਟਾ ਚੈੱਕ ਕਰੋ ਤੇ ਆਪਣੀ ਇਨਕਮ ਨੂੰ ਉਹਦੇ ਨਾਲ ਕੰਪੇਅਰ ਕਰੋ ਤਾਂ ਤੁਸੀਂ ਪਾਵਰਟੀ ਲਾਈਨ ਤੋਂ 20% ਤੋਂ ਉੱਪਰ ਹੋਣਾ ਚਾਹੀਦਾ ਇਸ ਕਰਕੇ ਉਹ ਇਹ ਜ਼ਰੂਰੀ ਆ ਉਹ ਚੈੱਕ ਕਰੋ ਤੇ ਬਾਕੀ ਜਿਹੜਾ ਸੈਕੰਡ ਜਿਹੜੀ ਹੈਗੀ ਆ ਕਿ 30% ਇਨਕਮ ਲਾਸ ਵਾਲਾ ਕਿਦਾਂ ਆਪਾਂ ਚੈੱਕ ਕਰਨਾ ਉਹ ਜਦੋਂ ਹੀ ਆਉਣ ਵਾਲਿਆਂ ਦਿਨਾਂ ਦੇ ਵਿੱਚ ਐਸਬੀਏ ਹੋਰ ਗਾਈਡਲਾਈਨ ਜਾਰੀ ਕਰਦਾ ਤੇ ਉਹਦੇ ਬਾਰੇ ਮੈਂ ਪ੍ਰੋਪਰ ਵੀਡੀਓ ਬਣਾ ਕੇ ਤੇ ਤੁਹਾਡੇ ਸਾਰਿਆਂ ਨਾਲ ਸਾਂਝੀ ਕਰੂੰਗਾ